ਨਸ਼ਿਆਂ ਦੀ ਮਹਾਰਾਣੀ ਪੰਜਾਬਣ ਅਮਰੀਕਾ ਵਿੱਚ ਕਾਬੂ। ਅਮਰੀਕਾ ਸਣੇ ਦੁਨੀਆ ਦੇ ਕਈ ਮੁਲਕਾਂ ਵਿੱਚ ਬਣਾਏ ਆਲੀਸ਼ਾਨ ਮਕਾਨ। ਹਾਲੀਵੁੱਡ ਅਦਾਕਾਰ ਦੀ ਮੌਤ ਮਗਰੋਂ ਹੋਈ ਗ੍ਰਿਫਤਾਰੀ। ਅਮਰੀਕਾ ਵਿੱਚ ਨਸ਼ਿਆਂ ਦੀ ਮਹਾਰਾਣੀ ਵਜੋਂ ਮਸ਼ਹੂਰ ਪੰਜਾਬਣ ਜਸਵੀਨ ਸੰਘਾ ਨੂੰ ਹਾਲੀਵੁੱਡ ਅਦਾਕਾਰ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। 41 ਸਾਲ ਦੀ ਜਸਵੀਨ ਸੰਘਾ ਕਥਿਤ ਤੌਰ 'ਤੇ ਨਸ਼ਿਆਂ ਦਾ ਕਾਰੋਬਾਰ ਕਰ ਰਹੀ ਸੀ ਅਤੇ ਅਮਰੀਕਾ ਸਣੇ ਦੁਨੀਆ ਦੇ ਕਈ ਮੁਲਕਾਂ ਵਿੱਚ ਆਲੀਸ਼ਾਨ ਘਰਾਂ ਦੀ ਮਾਲਕ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਨੂੰ ਵੇਚਿਆ ਨਸ਼ੀਲਾ ਪਦਾਰਥ ਜਸਵੀਨ ਸੰਘਾ ਤੋਂ ਹੀ ਖਰੀਦਿਆ ਗਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਜਸਵੀਨ ਸੰਘਾ ਨੂੰ ਦੋਸ਼ੀ ਠਹਿਰਾਏ ਜਾਣ 'ਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕੈਟਾਮੀਨ ਦੀਆਂ 25 ਸ਼ੀਸ਼ੀਆਂ 24 ਅਕਤੂਬਰ 2023 ਨੂੰ ਜਸਵੀਨ ਸੰਘਾ ਤੋਂ ਖਰੀਦੀਆਂ ਗਈਆਂ, ਜੋ ਅੱਗੇ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਕੋਲ ਪੁੱਜੀਆਂ। ਫਿਲਮ ਅਦਾਕਾਰ ਤੱਕ ਨਸ਼ੀਲਾ ਪਦਾਰਥ ਪਹੁੰਚਾਉਣ ਵਾਲਿਆਂ ਵਿੱਚ 2 ਡਾਕਟਰ ਵੀ ਸ਼ਾਮਲ ਦੱਸੇ ਜਾ ਰਹੇ ਨੇ ਅਤੇ ਕੈਟਾਮੀਨ ਦੀ ਓਵਰਡੋਜ਼ ਕਾਰਨ ਹੀ ਪੈਰੀ ਦੀ ਮੌਤ ਹੋਈ। ਕੈਟਾਮੀਨ ਦੀ ਵਰਤੋਂ ਬਹੁਤ ਜ਼ਿਆਦਾ ਦਰਦ ਅਤੇ ਡਿਪਰੈਸ਼ਨ ਵਾਸਤੇ ਕੀਤੀ ਜਾਂਦੀ ਹੈ ਅਤੇ ਮੈਥਿਊ ਪੈਰੀ ਨੂੰ $12 ਮੁੱਲ ਵਾਲੀ ਸ਼ੀਸ਼ੀ $2000 ਵਿੱਚ ਵੇਚੀ ਗਈ। ਜਸਵੀਨ ਸੰਘਾ ਵਿਰੁੱਧ ਕੈਟਾਮੀਨ ਵੇਚਣ ਦੀ ਸਾਜ਼ਿਸ਼ ਘੜਨ ਅਤੇ ਆਪਣੇ ਘਰ ਵਿੱਚ ਨਸ਼ੀਲੇ ਪਦਾਰਥ ਰੱਖਣ ਵਰਗੇ ਦੋਸ਼ ਵੀ ਆਇਦ ਕੀਤੇ ਗਏ ਨੇ। ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਰਹਿਣ ਵਾਲੀ ਜਸਵੀਨ ਸੰਘਾ ਵੱਲੋਂ ਹਾਲ ਹੀ ਵਿੱਚ ਮੈਕਸੀਕੋ ਅਤੇ ਜਾਪਾਨ ਵਿੱਚ ਮਨਾਈਆਂ ਛੁੱਟੀਆਂ ਨਾਲ ਸੰਬੰਧਿਤ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ। ਕਈ ਤਸਵੀਰਾਂ ਵਿੱਚ ਉਸਨੇ ਮਹਿੰਗੇ ਗਹਿਣੇ ਪਾਏ ਹੋਏ ਨੇ। ਟੋਕੀਓ ਵਿੱਚ ਜਿਹੜੇ ਹੋਟਲ ਵਿੱਚ ਜਸਵੀਨ ਸੰਘਾ ਠਹਿਰੀ, ਉਸ ਦਾ ਇੱਕ ਰਾਤ ਦਾ ਕਿਰਾਇਆ $1,800 ਤੋਂ ਵੱਧ ਦੱਸਿਆ ਜਾ ਰਿਹਾ। ਇੱਥੇ ਦੱਸਣਾ ਬਣਦਾ ਕਿ 28 ਅਕਤੂਬਰ 2023 ਨੂੰ ਮੈਥਿਊ ਪੈਰੀ ਦੀ ਲਾਸ਼ ਵਾਸ਼ਰੂਮ ਵਿੱਚੋਂ ਮਿਲੀ ਅਤੇ ਇਹ ਖਬਰ ਸੁਣ ਕੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਜਸਵੀਨ ਸੰਘਾ ਵਿਰੁੱਧ ਦੋਸ਼ ਹੈ ਕਿ ਉਸਨੇ ਨੌਰਥ ਹਾਲੀਵੁੱਡ ਵਾਲੇ ਆਪਣੇ ਘਰ ਨੂੰ ਨਸ਼ਿਆਂ ਦਾ ਗੋਦਾਮ ਬਣਾ ਦਿੱਤਾ, ਜਿੱਥੇ ਮੈਥਮਫੈਟਾਮਿਨ ਵਰਗੇ ਨਸ਼ੇ ਰੱਖੇ ਗਏ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਕਿ ਜਸਵੀਨ ਸੰਘਾ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੈਟਾਮੀਨ ਦੀ ਲਾਪਰਵਾਹੀ ਨਾਲ ਵਰਤੋਂ ਜਾਨਲੇਵਾ ਸਾਬਤ ਹੋ ਸਕਦੀ ਹੈ। 2019 ਵਿੱਚ ਉਸਨੇ ਕਥਿਤ ਤੌਰ 'ਤੇ ਇੱਕ ਹੋਰ ਗਾਹਕ ਨੂੰ ਨਸ਼ੀਲਾ ਪਦਾਰਥ ਵੇਚਿਆ ਸੀ, ਜਿਸ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਦੋਂ ਮਰਨ ਵਾਲੇ ਸ਼ਖਸ ਦੇ ਪਰਿਵਾਰ ਨੇ ਜਸਵੀਨ ਸੰਘਾ ਨੂੰ ਟੈਕਸਟ ਮੈਸੇਜ ਭੇਜਿਆ ਕਿ ਕੈਟਾਮੀਨ ਨਾਲ ਉਸਦੀ ਮੌਤ ਹੋ ਗਈ, ਤਾਂ ਜਸਵੀਨ ਸੰਘਾ ਨੇ ਗੂਗਲ 'ਤੇ ਸਰਚ ਕੀਤਾ ਕਿ ਕੀ ਕੈਟਾਮੀਨ ਮੌਤ ਦਾ ਕਾਰਨ ਬਣ ਸਕਦੀ ਹੈ। ਮੈਥਿਊ ਪੈਰੀ ਦੀ ਮੌਤ ਬਾਰੇ ਪਤਾ ਲੱਗਣ 'ਤੇ ਜਸਵੀਨ ਸੰਘਾ ਨੇ ਕਥਿਤ ਤੌਰ 'ਤੇ ਸਾਥੀ ਸਾਜ਼ਿਸ਼ ਘਾੜਿਆਂ ਨੂੰ ਫੋਨ ਕੀਤਾ ਕਿ ਆਪੋ ਆਪਣੇ ਮੋਬਾਈਲ ਵਿੱਚੋਂ ਸਾਰੇ ਡਿਜੀਟਲ ਸਬੂਤ ਖਤਮ ਕਰ ਦਿੱਤੇ ਜਾਣ। ਪੁਲਿਸ ਵੱਲੋਂ ਮਾਰਚ 2024 ਵਿੱਚ ਉਸਦੇ ਘਰ 'ਤੇ ਛਾਪਾ ਮਾਰਿਆ ਗਿਆ, ਤਾਂ ਤਕਰੀਬਨ 2 ਕਿਲੋ ਮੈਥਮਫੈਟਾਮਿਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 79 ਸ਼ੀਸ਼ੀਆਂ ਤਰਲ ਪਦਾਰਥ ਵੀ ਮਿਲਿਆ, ਜੋ ਟੈਸਟਾਂ ਦੌਰਾਨ ਕੈਟਾਮੀਨ ਸਾਬਤ ਹੋਈ। ਸ਼ਿਕਾਇਤ ਕਹਿੰਦੀ ਹੈ ਕਿ ਜਸਵੀਨ ਸੰਘਾ ਵੱਡੇ ਪੱਧਰ 'ਤੇ ਨਸ਼ਿਆਂ ਦੀ ਤਸਕਰੀ ਕਰਦੀ ਆਈ ਹੈ। ਪੁਲਿਸ ਵੱਲੋਂ ਉਸਦੇ ਫੋਨ ਵਿੱਚੋਂ ਮੈਥਮਫੈਟਾਮਿਨ ਦੀਆਂ ਗੋਲੀਆਂ ਨਾਲ ਸੰਬੰਧਿਤ ਸੌਦੇ ਬਾਰੇ ਗੱਲਬਾਤ ਹੋਣ ਦੇ ਸਬੂਤ ਵੀ ਬਰਾਮਦ ਕੀਤੇ ਗਏ। ਬਿਊਰੋ ਰਿਪੋਰਟ, ਹਮਦਰਦ TV।